ਹਾਂਜੀ ਸਟੂਡੈਂਟਸ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਪਲੱਸ ਪਲੱਸ ਟੂ ਕਲਾਸ ਦੇ ਲਈ ਪੰਜਾਬੀ ਲਾਜ਼ਮੀ ਜੋ ਸਾਡਾ ਸਬਜੈਕਟ ਆ ਉਸ ਦੇ ਵਿੱਚੋਂ ਵਿਆਕਰਨ ਭਾਗ ਦੇ ਵਿੱਚ ਸੰਖੇਪ ਰਚਨਾ ਜੋ ਆਪਣੇ ਕੋਲ ਹੈ ਇਸ ਦੇ ਵਿੱਚ ਤੁਹਾਨੂੰ ਪਤਾ ਹੀ ਕਿ ਆਪਣੇ ਕੋਲ ਇੱਕ ਪੈਰਾ ਦਿੱਤਾ ਹੋਏਗਾ ਜਿਸ ਨੂੰ ਪੜ੍ਹ ਕੇ ਤੁਸੀਂ ਉਸ ਦਾ ਸਿਰਲੇਖ ਦੱਸਣਾ ਹੋਏਗਾ ਨਾਲ ਹੀ ਉਸ ਨੂੰ ਜਿਹੜਾ ਛੋਟਾ ਕਰਕੇ ਮਤਲਬ ਕਿ ਉਸ ਦਾ ਇੱਕ ਤਿਹਾਈ ਹੈ ਜਿਹੜਾ ਲਿਖਣਾ ਹੋਏਗਾ ਇਸ ਨੂੰ ਤੁਸੀਂ ਕਿਵੇਂ ਕਰਨਾ ਹੋਏਗਾ ਟੋਟਲ ਏ 4 ਮਾਰਕਸ ਦਾ ਤੁਹਾਡੇ ਕੋਲ ਹੋਏਗਾ ਜਿਸ ਦੇ ਵਿੱਚੋਂ 1 ਮਾਰਕ ਹੈ ਜਿਹੜਾ ਤੁਹਾਡਾ ਸਿਰਲੇਖ ਦਾ ਹੋਏਗਾ 1 ਮਾਰਕ ਸਿਰਲੇਖ ਦਾ ਹੋਏਗਾ 3 ਮਾਰਕਸ ਹੈ ਜਿਹੜੇ ਜੋ ਤੁਸੀਂ ਪੈਰੇ ਨੂੰ ਛੋਟਾ ਕਰਕੇ ਸੰਖੇਪ ਕਰਕੇ ਲਿਖੋਗੇ ਉਸ ਦੇ ਹੋਣਗੇ ਸੋ ਇਸ ਨੂੰ ਤੁਸੀਂ ਕਰਨ ਦੇ ਲਈ ਇਸ ਦੇ ਰੂਲ ਨੇ ਜਿਹੜੇ ਉਹ ਕੀ ਨੇ ਫਸਟਲੀ ਤੁਸੀਂ ਜਿਹੜਾ ਪੈਰਾ ਜੋ ਤੁਹਾਨੂੰ ਦਿੱਤਾ ਹੋਏਗਾ ਜਿੱਦਾਂ ਕਿ ਇੱਥੇ ਆਪਣੇ ਸੌਲਵਡ ਦਿੱਤਾ ਹੋਇਆ ਆਪਣੇ ਕੋਲ ਬਹੁਤ ਸਤ ਗੁਣੀ ਨੂੰ ਤਰੱਕੀ ਕਰਦਾ ਦੇਖ ਕੇ ਇਸ ਦੇ ਵਿੱਚ ਟੋਟਲ ਜਿੰਨੇ ਸ਼ਬਦ ਹੋਣਗੇ ਮੇਨਲੀ ਰੂਲ ਤਾਂ ਇਹ ਹੁੰਦਾ ਕਿ ਜਿੰਨੇ ਸ਼ਬਦ ਹੁੰਦੇ ਨੇ ਉਹਨਾਂ ਨੂੰ ਕਾਊਂਟ ਕਰਕੇ ਜਿੰਨੇ ਵੀ ਸ਼ਬਦ ਬਣਦੇ ਨੇ ਉਸ ਨੂੰ ਤਿੰਨ ਨਾਲ ਪਾ ਕੇ ਜੋ ਆਪਣਾ ਆਨਸਰ ਆਇਆ ਉਹਨੇ ਸ਼ਬਦਾਂ ਦੇ ਵਿੱਚ ਜਿਹੜਾ ਆਪਾਂ ਨੇ ਸ਼ਾਰਟ ਕਰਕੇ ਉਸ ਨੂੰ ਲਿਖਣਾ ਹੁੰਦਾ ਪਰ ਐਨਾ ਟਾਈਮ ਵੇਸਟ ਕਰਨ ਦੀ ਜ਼ਰੂਰਤ ਨਹੀਂ ਜੇਕਰ ਤੁਹਾਡੇ ਕੋਲ ਜਿਹੜਾ ਪੈਰਾ ਉਹ 8 ਤੋਂ 10 ਦੇ ਲਾਈਨ ਵਿੱਚ ਦੇ ਰੱਖਿਆ 8 ਤੋਂ 10 ਲਾਈਨਸ ਦੇ ਵਿੱਚ ਦੇ ਰੱਖਿਆ ਤਾਂ ਤੁਸੀਂ ਕੀ ਕਰਨਾ ਉਸ ਨੂੰ ਜਸਟ 4 ਜਾਂ 3 3 ਜਾਂ 4 ਲਾਈਨਸ ਦੇ ਵਿੱਚ ਜਿਹੜਾ ਤੁਸੀਂ ਉਸ ਨੂੰ ਕਰ ਦੇਣਾ ਜਸਟ 3 ਜਾਂ 4 ਲਾਈਨਸ ਦੇ ਵਿੱਚ ਛੋਟਾ ਕਰਨ ਦੇ ਲਈ ਤੁਸੀਂ ਕੀ ਕਰਨਾ ਹੁੰਦਾ ਇਸ ਨੂੰ ਜਸਟ ਸਿੱਧੀਆਂ ਲਾਈਨਸ ਨਹੀਂ ਲਿਖਣੀਆਂ ਹੁੰਦੀਆਂ ਇਸ ਨੂੰ ਸਮਝ ਕੇ ਕਰਨਾ ਹੁੰਦਾ ਪੈਰੇ ਨੂੰ ਕਿ ਜੋ ਪੈਰਾ ਦਿੱਤਾ ਉਸ ਨੂੰ ਪੂਰੇ ਨੂੰ ਪੜ ਕੇ ਉਸ ਤੋਂ ਤੁਹਾਨੂੰ ਕੀ ਸਮਝ ਲੱਗ ਰਿਹਾ ਉਹ ਤੁਸੀਂ ਜਿਹੜਾ ਸ਼ਾਰਟ ਕਰਕੇ ਲਿਖਣਾ ਹੁੰਦਾ ਪਰ ਜੇ ਤੁਹਾਨੂੰ ਇਹ ਸਮਝ ਨਹੀਂ ਆਉਂਦਾ ਫਸਟਲੀ ਇਹਦਾ ਰੋਲ ਇਹ ਹੈ ਕਿ ਜਦੋਂ ਤੁਸੀਂ ਇਸ ਨੂੰ ਸ਼ਾਰਟ ਕਰਕੇ ਲਿਖਣਾ ਤੁਸੀਂ ਸ਼ਾਰਟ ਕਿਵੇਂ ਕਰਕੇ ਲਿਖ ਸਕਦੇ ਹੋ ਅਖੋਂਤਾਂ ਦੀ ਵਰਤੋਂ ਕਰਕੇ ਜਿੱਦਾਂ ਕਿ ਤੁਸੀਂ ਕੋਈ ਲਾਈਨ ਦਿੱਤੀ ਹੈ ਜੇਕਰ ਤੁਹਾਨੂੰ ਉਸ ਦਾ ਪਤਾ ਕਿ ਉਸ ਦੀ ਦਾ ਥਾਂ ਤੇ ਤੁਸੀਂ ਕੋਈ ਅਖੋਂਤ ਹੈ ਜਿਹੜੀ ਵਰਤ ਸਕਦੇ ਹੋ ਕੋਈ ਮੁਹਾਵਰਾ ਵਰਤ ਸਕਦੇ ਹੋ ਤਾਂ ਉਸ ਦੀ ਵਰਤੋਂ ਕਰੋ ਉੱਥੇ ਉਸ ਦੀ ਵਰਤੋਂ ਕਰਕੇ ਜਿਹੜਾ ਤੁਹਾਡਾ ਵੱਡੀ ਜੋ ਲਾਈਨ ਹੋਈਗੀ ਉਹ ਸ਼ਾਰਟ ਹੋ ਜੇਗੀ ਇਸ ਤੋਂ ਇਲਾਵਾ ਜਿਹੜੇ ਆਪਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕਰਦੇ ਹੁੰਦੇ ਆ ਉਹ ਉਹਨਾਂ ਦੀ ਵਰਤੋਂ ਕਰਕੇ ਵੀ ਤੁਸੀਂ ਇਹ ਜਿਹੜਾ ਲਾਈਨ ਨੂੰ ਛੋਟਾ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਇੱਥੇ ਆਪਣੇ ਕੋਲ ਦਿੱਤਾ ਕਿੰਨੀ ਵੱਡੀ ਲਾਈਨ ਹੈ 45 ਸ਼ਬਦਾਂ ਦੀ ਨੇਤਾ ਜੀ ਨੇ ਕਿਹਾ ਕਿ ਵੀਰੋ ਤੇ ਭੈਣੋ ਜੋ ਵੀ ਸਾਰਾ ਦਿੱਤਾ ਹੋਇਆ ਇਸ ਨੂੰ ਜਸਟ 12 ਸ਼ਬਦਾਂ ਦੇ ਵਿੱਚ ਇਹਨਾਂ ਨੇ ਕਹਿਤਾ ਕਿ ਨੇਤਾ ਨੇ ਵੋਟਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਤੋਂ ਆਪਣੇ ਲਈ ਵੋਟਾਂ ਮੰਗੀਆਂ ਸੋ ਉਸੇ ਲਾਈਨ ਨੂੰ ਹੈ ਜਿਹੜਾ ਸ਼ਾਰਟ ਕਰਕੇ ਲਿਖਣਾ ਸਮਝ ਕੇ ਲਿਖਣਾ ਕਿ ਲਾਈਨ ਦੇ ਵਿੱਚ ਕਿਹਾ ਕੀ ਗਿਆ ਇਹ ਹੁੰਦੀ ਹੈ ਸੰਖੇਪ ਰਚਨਾ ਇਸ ਤੋਂ ਇਲਾਵਾ ਮੈਂ ਤੁਹਾਨੂੰ ਤੁਹਾਡੀ ਬੁੱਕ ਦੇ ਵਿੱਚ ਜੋ ਅਭਿਆਸ ਲਈ ਜਿਹੜੇ ਦਿੱਤੇ ਗਏ ਨੇ ਸੰਖੇਪ ਰਚਨਾ ਦੇ ਪੈਰਾਗ੍ਰਾਫਸ ਉਹਨਾਂ ਦੇ ਸਿਰਲੇਖ ਹੈ ਜਿਹੜੇ ਦੱਸਾਂਗੀ ਤਾਂ ਜੋ ਤੁਸੀਂ ਜਿਹੜੇ ਆਪਣੇ ਇਗਜ਼ਾਮ ਦੇ ਵਿੱਚ ਤੁਹਾਨੂੰ ਆਣਗੇ ਉਹਨਾਂ ਦੀ ਪ੍ਰੈਪਰੇਸ਼ਨ ਤੁਸੀਂ ਕਰ ਸਕੋ ਫਸਟ ਜੋ ਇੱਥੇ ਅਭਿਆਸ ਵਾਲਾ ਆਪਣੇ ਕੋਲ ਦਿੱਤਾ ਗਿਆ ਸੰਖੇਪ ਰਚਨਾ ਤੇ ਅਭਿਆਸ ਲਈ ਪੈਰੇ ਜਿਸ ਜ਼ਿੰਦਗੀ ਦਾ ਮਕਸਦ ਨਹੀਂ ਉਹ ਜ਼ਿੰਦਗੀ ਨਹੀਂ ਜਿਨ੍ਹਾਂ ਨੂੰ ਜ਼ਿੰਦਗੀ ਇੱਕ ਮਕਸਦ ਨਜ਼ਰ ਆਉਂਦੀ ਹੈ ਉਹ ਉਹ ਹੀ ਜ਼ਿੰਦਗੀ ਜਿਉਂਦੇ ਹਨ ਵਰਨਾ ਜ਼ਿੰਦਗੀ ਕੱਟ ਤਾਂ ਸਾਰੀ ਰਹੇ ਹਨ ਇਹ ਜੋ ਪੈਰਾ ਦਿੱਤਾ ਗਿਆ ਪੂਰਾ ਇਸ ਦਾ ਜਿਹੜਾ ਸਿਰਲੇਖ ਆ ਉਹ ਕੀ ਹੋਏਗਾ ਜਿਹੜਾ ਤੁਹਾਨੂੰ ਸਿਰਲੇਖ ਆ ਉਹ ਫਰਸਟ ਵਰਡ ਦੇ ਵਿੱਚ ਜਿੱਥੋਂ ਲਾਈਨ ਸਟਾਰਟ ਹੋ ਰਹੀ ਆ ਜਾਂ ਪਹਿਲੀ ਲਾਈਨ ਦੇ ਵਿੱਚ ਹੀ ਆ ਜਿਹੜਾ ਕੋਣ ਸਿਰਲੇਖ ਮਿਲ ਜਾਂਦਾ ਹੁੰਦਾ ਕਿ ਪੂਰੀ ਪੂਰੇ ਪੈਰਾਗ੍ਰਾਫ ਦੇ ਵਿੱਚ ਜਿਹੜੀ ਗੱਲ ਕੀ ਹੋ ਰਹੀ ਆ ਪੈਰੇ ਦੇ ਵਿੱਚ ਗੱਲ ਕੀ ਹੋਈ ਆ ਉਹੀ ਆ ਜਿਹੜਾ ਆਪਣਾ ਸਿਰਲੇਖ ਹੁੰਦਾ ਹੁਣ ਇੱਥੇ ਆਪਣੇ ਕੋਲ ਜ਼ਿੰਦਗੀ ਦਾ ਮਕਸਦ ਬਾਰੇ ਗੱਲ ਕੀਤੀ ਗਈ ਆ ਤੇ ਇਸ ਦਾ ਜਿਹੜਾ ਆਪਣੇ ਕੋਲ ਸਿਰਲੇਖ ਆ ਹੋਏਗਾ ਮਕਸਦ ਭਰਪੂਰ ਜ਼ਿੰਦਗੀ ਨੈਕਸਟ ਆਪਨੇ ਕੋਲ ਇਸ ਵਿੱਚ ਸ਼ੱਕ ਨਹੀਂ ਕਿ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਦੁਨੀਆ ਭਰ ਵਿੱਚ ਇਨਸਾਨੀ ਸਿਹਤ ਅਤੇ ਸਮਾਜਿਕ ਗੰਭੀਰ ਚੁਣੌਤੀ ਹੈ ਸੋ ਹੁਣ ਇੱਥੇ ਜਿਹੜਾ ਇੱਕ ਨਸ਼ਿਆਂ ਦੀ ਗੱਲ ਕੀਤੀ ਜਾ ਰਹੀ ਹੈ ਨਸ਼ੀਲੇ ਪਦਾਰਥਾਂ ਦੀ ਗੱਲ ਕੀਤੀ ਜਾ ਰਹੀ ਆ ਤਾਂ ਇੱਥੇ ਆਪਣਾ ਜਿਹੜਾ ਸਿਰਲੇਖ ਆ ਉਹ ਕੀ ਆ ਨਸ਼ੇਬਾਜੀ ਸਿਰਲੇਖ ਆਪਣੇ ਕੋਲ ਹੈ ਨਸ਼ੇਬਾਜੀ ਹੁਣ ਇਹ ਆਪਣੇ ਕੋਲ ਇਨਾ ਵੱਡਾ ਪੈਰਾਗ੍ਰਾਫ ਦਿੱਤਾ ਗਿਆ ਇਸ ਦੇ ਜਦੋਂ ਤੁਸੀਂ ਸੰਖੇਪ ਕਰਕੇ ਲਿਖੋਗੇ ਤਾਂ ਇਸ ਦੇ ਵਿੱਚੋਂ ਜਸਟ ਤੁਸੀਂ 3 ਜਾਂ 4 ਲਾਈਨਸ ਦੇ ਵਿੱਚ ਹੀ ਇਸ ਨੂੰ ਲਿਖਣਾ ਹੈ ਨੈਕਸਟ ਹੈ ਥਰਡ ਆਪਣੇ ਕੋਲ ਤੁਹਾਡੇ ਭਾਗਾਂ ਵਿੱਚ ਤਣਾਅ ਹੋਣਾ ਜੇਕਰ ਨਾ ਨਾ ਵੀ ਆਇਆ ਹੋਵੇ ਤਾਂ ਵੀ ਤੁਹਾਡਾ ਛੋਟਾ ਜਿਹਾ ਮਕਾਨ ਜਾਂ ਗਰੀਬੀ ਦਾ ਦਾਅਵਾ ਦੀ ਚੁਗੀ ਹੁਣ ਇਹ ਜੋ ਪੈਰਾਗ੍ਰਾਫ ਆਪਾਂ ਨੂੰ ਦਿੱਤਾ ਇਸ ਦਾ ਜਿਹੜਾ ਸਿਰਲੇਖ ਆਉ ਆਪਣੇ ਕੋਲ ਹੈ ਅਸਮਾਨੀ ਬਾਸ਼ਾਈ ਜਾਂ ਗਰੀਬ ਦਾ ਜੀਵਨ ਕਿ ਇੱਕ ਅਸਮਾਨੀ ਜੋ ਬਾਦਸ਼ਾਹੀ ਜਿੰਨੋ ਪਕਾ ਸਕਦਾ ਹੈ ਅਮੀਰ ਆਦਮੀ ਜਾਂ ਗਰੀਬ ਦਾ ਜੀਵਨ ਨੈਕਸਟ ਆਪਣੇ ਕੋਲ 4th ਅੱਜ ਚੰਦ ਨਹੀਂ ਚੜਿਆ ਪਰ ਚੰਦਾ ਸੁੰਦਰਤਾ ਨੇੜੀ ਤੇਰੀ ਤੇ ਨੇੜੀ ਤੇਰੀ ਹੀ ਤਾਂ ਮੁਤਾਜ ਨਹੀਂ ਇਸ ਪੈਰਾਗ੍ਰਾਫ ਦਾ ਜਿਹੜਾ ਸਿਰਲੇਖਾ ਉਹ ਆਪਣੇ ਕੋਲ ਹੈ ਸੁੰਦਰਤਾ ਕਿ ਸੁੰਦਰਤਾ ਬਾਰੇ ਜਿਹੜੀ ਗੱਲ ਇਸ ਪੈਰਾਗ੍ਰਾਫ ਦੇ ਵਿੱਚ ਕੀਤੀ ਗਈ ਆ ਸੋ ਇਸ ਦਾ ਸਿਰਲੇਖਾ ਆਪਣੇ ਕੋਲ ਸੁੰਦਰਤਾ ਸਿਰਲੇਖ ਦਾ ਜਿਹੜਾ ਅਲੱਗ ਤੋਂ 1 ਮਾਰਕ ਹੋਏਗਾ ਸੋ ਸਿਰਲੇਖ ਜਿਹੜਾ ਹਰ ਇੱਕ ਪੈਰਾਗ੍ਰਾਫ ਦਾ ਲਿਖਣਾ ਜ਼ਰੂਰੀ ਹੋਏਗਾ ਨੈਕਸਟ ਆਪਨੇ ਕੋਲ ਹਰ ਘਰ ਵਿੱਚ ਬਚਤ ਦਾ ਵਿਚਾਰ ਜ਼ਰੂਰੀ ਹੈ ਇਸ ਦਾ ਜੋ ਸਿਰਲੇਖ ਹੈ ਇਸ ਪੈਰਾਗ੍ਰਾਫ ਦਾ ਉਹ ਆਪਣੇ ਕੋਲ ਹੈ ਬਚਤ ਨੈਕਸਟ ਹੈ ਤੰਨ ਨੇ ਉਹ ਨੈਣ ਜੋ ਕਦੇ ਕਦਾਈ ਪ੍ਰੇਮਨੀਰ ਨਾਲ ਪਰ ਆਉਂਦੇ ਹੋਣ ਇਸ ਪੈਰਾਗ੍ਰਾਫ ਦਾ ਜੋ ਆਪਣੇ ਕੋਲ ਸਿਰਲੇਖ ਹੋਇਆ ਹੈ ਨੈਣਾ ਦੀ ਪ੍ਰੇਮ ਧਾਰਾ ਦਾ ਇਸ਼ਾਨਾਨ ਨੈਣਾ ਦੀ ਪ੍ਰੇਮ ਧਾਰਾ ਦਾ ਇਸ਼ਾਨਾਨ ਇਸ ਪੈਰਾਗ੍ਰਾਫ ਦਾ ਸਿਰਲੇਖ ਹੈ ਨੈਕਸਟ ਹੈ ਕਿਰਤ ਕਰਨਾ ਮਨੁੱਖ ਦੇ ਜੀਵਨ ਦਾ ਪ੍ਰਮੁੱਖ ਅੰਗ ਹੁਣ ਇੱਥੇ ਪੈਰੇ ਦੇ ਵਿੱਚ ਜਿਹੜੀ ਗੱਲ ਹੈ ਕਿਸ ਚੀਜ਼ ਦੀ ਕੀਤੀ ਗਿਆ ਕਿਰਤ ਕਰਨੀ ਸੋ ਇਸ ਦਾ ਸਿਰਲੇਖ ਹੈ ਜਿਹੜਾ ਆਪਣੇ ਕੋਲ ਹੈ ਕਿਰਤ ਕਰਨਾ ਨੈਕਸਟ 8th ਹੈ ਚੋਣ ਪ੍ਰਣਾਲੀ ਲੋਕ ਰਾਜ ਦਾ ਮੁੱਢ ਹੈ ਲੋਕ ਰਾਜ ਦਾ ਸੁਤਨਾ ਵੇਖਣ ਵਾਲਿਆਂ ਨੇ ਵੋਟਾਂ ਦਾ ਹੱਕ ਹਰ ਇੱਕ ਨੂੰ ਦੇਣਾ ਇਸ ਲਈ ਠੀਕ ਸਮਝਿਆ ਸੀ ਇਸ ਪੈਰਾਗ੍ਰਾਫ ਦਾ ਜਿਹੜਾ ਸੀ ਲੇਖ ਆਪਣੇ ਕੋਲੋਂ ਕੀ ਹੈ ਲੋਕ ਰਾਜ ਤੇ ਵੋਟਾਂ ਲੋਕ ਰਾਜ ਤੇ ਵੋਟਾਂ ਨੈਕਸਟ ਹੈ ਆਪਣੇ ਕੋਲ ਆਮ ਜ਼ਿੰਦਗੀ ਵਿੱਚ ਵੀ ਵੇਖਿਆ ਜਾਵੇ ਤਾਂ ਕੋਈ ਆਦਮੀ ਬੜਾ ਸਾਊ ਕਿਸਮ ਦੇ ਹੁੰਦੇ ਹਨ ਇਹ ਚੰਗੀ ਪਰਵਰਿਸ਼ਤਾ ਦਾ ਨਤੀਜਾ ਹੈ ਇਸ ਪੈਰਾਗ੍ਰਾਫ ਦਾ ਸੀ ਉਸੇ ਲੇਖ ਆਪਣੇ ਕੋਲ ਹੈ ਮਨੁੱਖੀ ਸ਼ਖਸੀਅਤ ਤੇ ਬਚਪਨ ਮਨੁੱਖੀ ਸ਼ਖਸੀਅਤ ਅਤੇ ਬਚਪਨ ਨੈਕਸਟ 10ਵਾਂ ਵਿਆਸਵੰਦੀ ਸਭ ਤੋਂ ਵੱਲੀ ਰਸਮ ਵਰਦੀ ਚੋਣ ਕਰਨੀ ਸੋ ਆਪਣਾ ਸਿਰਲੇਖ ਹੈ ਜਿਹੜਾ ਇਸ ਤੇ ਪੈਰਾਗ੍ਰਾਫ ਦੇ ਵਿੱਚ ਗੱਲ ਜਿਹੜੀ ਕਿਸ ਦੀ ਕੀਤੀ ਗਿਆ ਵਰਦੀ ਚੌਂ ਸੋ ਇਸ ਦੇ ਵਿੱਚ ਆਪਣਾ ਸਿਰਲੇਖ ਆ ਉਹ ਹੋਏਗਾ ਵਰਦੀ ਚੌਂ ਨੈਕਸਟ ਹੈ ਦੋਸਤੀ ਜ਼ਿੰਦਗੀ ਦੀ ਰੌਣਕ ਤੇ ਨਿਗਹ ਹੁੰਦੀ ਹੈ ਇਸ ਦੇ ਵਿੱਚ ਆਪਣੇ ਕੋਲ ਗੱਲ ਕੀਤੀ ਗਿਆ ਦੋਸਤੀ ਦੀ ਪੂਰੇ ਪੈਰਾਗ੍ਰਾਫ ਦੇ ਵਿੱਚ ਸੋ ਇਸ ਦਾ ਸਿਰਲੇਖ ਹੈ ਆਪਣੇ ਕੋਲ ਹੈ ਦੋਸਤੀ ਨੈਕਸਟ 12th लास्ट ਅਭਿਆਸ ਵਾਲਾ ਜਿਹੜਾ ਸੰਖੇਪ ਰਚਨਾ ਦਾ ਪੈਰਾ ਆਪਣੇ ਕੋਲ ਹਉਮੇ ਹੰਕਾਰ ਨੁਕਦੀ ਪ੍ਰਕਿਰਤੀ ਪ੍ਰਵਿਰਤੀ ਵਿੱਚ ਹੀ ਹੈ ਸੋ ਇਸ ਦਾ ਸਿਰਲੇਖ ਹੈ ਜਿਹੜਾ ਆਪਣਾ ਫਰਸਟ ਲਾਈਨ ਤੋਂ ਹੀ ਆਪਣੇ ਕੋਲ ਮਿਲ ਰਿਹਾ ਹੈ ਹਉਮੇ ਹੰਕਾਰ ਸੋ ਏਸੀ ਸੰਖੇਪ ਰਚਨਾ ਦੇ ਅਭਿਆਸ ਵਾਲੇ ਪੈਰਾਂ ਦੇ ਸਿਰਲੇਖ ਥੈਂਕ ਯੂ ਸਟੂਡੈਂਟਸ ਫॉर ਵਾਚਿੰਗ ਵੀਡੀਓ ਪਲੀਜ਼ ਲਾਈਕ ਐਂਡ ਸ਼ੇਅਰ ਵੀਡੀਓ